ਰਾਹੀਂ ਆਪਣੇ ਨਬੀ ਪਾਕ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਟਾਰਗੇਟ ਕੀਤਾ। ਉਹਨੇ ਉਹਨਾਂ ਦੋਸਤ ਮੁਹੰਮਦ ਖਾਨ ਨੂੰ ਕਹਿ ਲਓ ਜਾਂ ਸੁਲਤਾਨ ਮੁਹੰਮਦ ਖਾਨ ਨੂੰ ਜਾਂ ਆਜ਼ਮ ਅਹਿਮਦ ਖਾਨ ਨੂੰ, ਉਹਨਾਂ ਨੂੰ ਟਾਰਗੇਟ ਕੀਤਾ। ਕਈ ਵਾਰ ਬਹੁਤ ਸਾਰੇ ਵੀਰ ਭਰਾ ਮੈਸੇਜ ਕਰਕੇ, ਕਮੈਂਟ ਕਰਕੇ, ਫੋਨ ਕਰਕੇ ਕਹਿ ਰਿਹਾ ਕਿ ਤੂੰ ਸਿੱਧੂ ਮੂਸੇਵਾਲਾ ਦਾ ਬੜਾ ਸਪੋਰਟਰ ਸੀ, ਹੁਣ ਤੂੰ ਬੋਲ ਉਹਨੇ ਆਪਣੇ ਗਾਣੇ ਦੇ ਵਿੱਚ ਜਾਂ ਆਪਣੀ ਵਾਰ ਦੇ ਵਿੱਚ ਆਹ ਚੀਜ਼ ਜਿਹੜੀ ਉਹ ਮਾੜੀ ਬੋਲਤੀ ਹੈ। ਦੇਖੋ ਮੇਰਾ ਵੀਰ, ਸਭ ਤੋਂ ਪਹਿਲੀ ਗੱਲ ਤਾਂ ਸਲਾਤੋ ਵਸਲਾਮੁ ਅਲੈਕਾ ਯਾ ਰਸੂਲ ਅੱਲਾ, ਲੱਭਈ ਕਿ ਯਾ ਰਸੂਲ ਅੱਲਾ, ਨਬੀ ਪਾਕ ਦੀ ਆਲ ਔਲਾਦ ਅਤੇ ਨਬੀ ਪਾਕ ਦੀ ਜ਼ਾਤ ਅਤੇ ਪੈਂਤਨ ਪਾਕ ਅਤੇ ਕੋਈ ਕੰਪਰੋਮਾਈਜ਼ ਨਹੀਂ। ਮੇਰਾ ਵੀਰ ਇਹ ਮੁੱਦਾ ਬੜਾ ਸੈਂਸਿਟਿਵ ਆ, ਇੱਥੇ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਿਮ ਹੋਵੇ, ਈਸਾਈ ਹੋਵੇ, ਕੋਈ ਵੀ ਹੋਵੇ, ਆਪਣੇ ਧਰਮ ਦੇ ਬਾਰੇ ਸੈਂਸਿਟਿਵ ਹੁੰਦਾ ਔਰ ਆਪਣੇ ਗੁਰੂਆਂ ਪੈਗੰਬਰਾਂ ਦੇ ਬਾਰੇ ਕੋਈ ਵੀ ਮਾੜੀ ਗੱਲ ਸੁਣਨ ਨੂੰ ਬਰਦਾਸ਼ਤ ਨਹੀਂ ਕਰਦਾ। ਮੇਰੀ ਤੁਸੀਂ ਜਾ ਕੇ ਆਈ ਡੀ ਚੈੱਕ ਕਰ ਲਓ, ਮੈਂ ਤੁਸੀਂ ਨੇ ਰਸਾਲਤ 'ਤੇ ਪਹਿਲੇ ਵੀ ਵੀਡੀਓ ਪਾਉਂਦਾ ਰਿਹਾ, ਮੈਂ ਲਿਖ ਲਿਖ ਕੇ ਆਰਟੀਕਲ ਵੀ ਪਾਏ ਹੋਏ ਆਪਣੇ ਫੇਸਬੁੱਕ ਪੇਜ 'ਤੇ। ਦੂਜੀ ਗੱਲ ਹੈ ਮੇਰਾ ਵੀਰ ਕਿ ਪਛਾਣੇ ਵਾ ਕਹਿੰਦੀ ਆ ਕਿ ਤੁਸੀਂ ਅਗਲੇ ਬੰਦੇ ਨੂੰ ਗੱਲ ਜਿੱਦਾਂ ਦੀ ਮਰਜ਼ੀ ਕਹਿ ਲਓ, ਉਹਨੇ ਮਤਲਬ ਆਪਣੀ ਮਰਜ਼ੀ ਦਾ ਕਰਨਾ। ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਸੀ, ਜਿਹਦੀ ਲੜਾਈ ਸੀ ਅਫਗਾਨਾਂ ਦੇ ਨਾਲ, ਦੁਰਾਨੀ ਅੰਪਾਇਰ ਦੇ ਨਾਲ ਜਾਂ ਅਬਦਾਲੀ ਅੰਪਾਇਰ ਦੇ ਨਾਲ, ਠੀਕ ਹੈ। ਸਾਡੇ ਮੌਜੂਦਾ ਪਾਕਿਸਤਾਨ ਦੇ ਵਿੱਚ ਉਹਦੀ ਕਿਸੇ ਨਾਲ ਲੜਾਈ ਨਹੀਂ ਸੀ ਹੈ, ਅਤੇ ਪਰਚਾ ਦੇਣ ਲੱਗਿਆਂ ਜਾਂ ਅਸੀਂ ਇਹਦੇ ਨਾਂ ਮੁਹੰਮਦ ਦਾ ਨਾਮ ਹੀ ਲਿਖਵਾਈਏ, ਅਸੀਂ ਉੱਥੇ ਵੀ ਕਦੀ ਰਿਸਪੈਕਟ ਨਹੀਂ ਕੀਤੀ। ਦੂਸਰੀ ਗੱਲ ਹੈ, ਤੁਸੀਂ ਅਰਬਾਂ ਦੇ ਵਿੱਚ ਚਲੇ ਜਾਓ, ਸਾਊਦੀਆਂ ਉਮਰਾ ਕਰਨ ਗਏ ਹੋਵੋਗੇ ਜਾਂ ਸਾਊਦੀਆਂ ਰਹਿੰਦੇ ਹੋਵੋਗੇ, ਦੁਬਈ, ਕਤਰ, ਕੁਵੈਤ ਕਿਤੇ ਚੱਕਰ ਲੱਗਾ ਹੋਊਗਾ ਜਾਂ ਉੱਥੇ ਜਿਹੜੇ ਲੋਕ ਰਹਿੰਦੇ ਆ, ਉੱਥੋਂ ਦੇ ਅਰਬੀ ਲੋਕ ਅਜਨਬੀ ਨੂੰ ਮੁਹੰਮਦ ਕਹਿ ਕੇ ਬੁਲਾਉਂਦੇ ਨੇ। ਲਾਈਕ ਕੋਈ ਸਿੱਖ ਹੈ, ਹਿੰਦੂ ਹੈ, ਈਸਾਈ ਹੈ, ਕ੍ਰਿਸਚਨ ਹੈ, ਬੁੱਧ ਮੱਤ ਹੈ ਜਾਂ ਮੁਸਲਿਮ ਹੈ, ਕੋਈ ਵੀ ਹੈ, ਆਪਾਂ ਕਹਿੰਦੇ ਐਕਸਕਿਊਜ਼ ਮੀ, ਉਹ ਇਹ ਨਹੀਂ ਕਹਿੰਦੇ, ਉਹ ਕਹਿੰਦੇ ਮੁਹੰਮਦ, ਠੀਕ ਹੈ। ਤਾਲੀਆ ਮੁਹੰਮਦ, ਆਪਾਂ ਉਮਰੇ 'ਤੇ ਜਾਈਏ ਤਾਂ ਉੱਥੇ ਆਪਾਂ ਨੂੰ ਫੌਜੀ ਜਾਂ ਉਹ ਸਿਪਾਹੀ ਵਾਜਾਂ ਮਾਰਦੇ ਹੁੰਦੇ ਆ, ਮੁਹੰਮਦ ਤਾਲ ਤਾਲ, ਮੁਹੰਮਦ ਰੋ ਮੁਹੰਮਦ, ਸੋ ਇੰਝ ਕਰਕੇ ਉਹ ਕੁਛ ਬੋਲਦੇ ਹੁੰਦੇ ਆਪਣੀ ਅਰਬੀ ਜ਼ਬਾਨ ਦੇ ਵਿੱਚ, ਠੀਕ ਹੈ ਮੇਰਾ ਵੀਰ। ਸੋ ਮੁਹੰਮਦ ਉਹਨੇ ਪੂਰੀ ਕਮਿਊਨਿਟੀ ਨੂੰ ਟਾਰਗੇਟ ਨਹੀਂ ਕੀਤਾ ਮੇਰੀ, ਜਾਂ ਨਾ ਹੀ ਆਪਣੇ ਨਬੀ ਪਾਕ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਟਾਰਗੇਟ ਕੀਤਾ। ਉਹਨੇ ਉਹਨਾਂ ਦੋਸਤ ਮੁਹੰਮਦ ਖਾਨ ਨੂੰ ਕਹਿ ਲਓ ਜਾਂ ਸੁਲਤਾਨ ਮੁਹੰਮਦ ਖਾਨ ਨੂੰ ਜਾਂ ਆਜ਼ਮ ਅਹਿਮਦ ਖਾਨ ਨੂੰ, ਉਹਨਾਂ ਨੂੰ ਟਾਰਗੇਟ ਕੀਤਾ ਕਿਉਂਕਿ ਉਹਨਾਂ ਦੇ ਨਾਲ ਉਹਨਾਂ ਦੀ ਲੜਾਈ ਸੀ। ਸੋ ਆਪਣੀ ਕਬੀਲਿਆਂ ਦੀ ਲੜਾਈ ਹੋ ਜਾਵੇ ਤਾਂ ਆਪਾਂ ਤਾਂ ਇਹਦਾ ਟਾਰਗੇਟ ਕਰਦੇ ਹੀ ਹਾਂ ਨਾ, ਆਪਾਂ ਵੀ ਤਾਂ ਕਹਿੰਦੇ ਹਾਂ ਨਾ ਕਿ ਤੂੰ ਫਲਾਣਾ ਮੁਹੰਮਦ ਅਲੀ ਬੜਾ ਭੈੜਾ, ਮੁਹੰਮਦ ਖਾਨ ਬੜਾ ਭੈੜਾ।